ਇਹ ਤਸਵੀਰਾਂ ਫਰੀਦਕੋਟ ਦੀ ਕੇਂਦਰੀ ਜੇਲ੍ਹ ਦੀਆਂ ਨੇ, ਜਿੱਥੇ ਅਪਰਾਧਿਕ ਬੱਚਿਆਂ ਨੂੰ ਸੁਧਾਰ ਘਰ ਦੇ ਵਿੱਚ ਕੈਦ ਕਰਕੇ ਰੱਖਿਆ ਜਾਂਦਾ ਤਾਂ ਕਿ ਉਹ ਸੁਧਰ ਜਾਣ। ਪਰ ਜਨਾਬ, ਇੱਥੇ ਸੁਧਰਨ ਦੀ ਬਜਾਏ ਬੱਚੇ ਹੋਰ ਵਿਗੜ ਰਹੇ ਨੇ। ਸਾਡੀ ਇਹ ਗੱਲ ਸੁਣ ਕੇ ਤੁਹਾਨੂੰ ਇੱਕ ਵਾਰ ਤਾਂ ਹੈਰਾਨੀ ਜ਼ਰੂਰ ਹੋ ਸਕਦੀ ਹੈ, ਪਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ, ਕਿਉਂਕਿ ਜੇਲ੍ਹ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਜੇਲ੍ਹ 'ਚ ਤਾਇਨਾਤ ਮੁਲਾਜ਼ਮ ਹੀ ਬੱਚਿਆਂ ਦੇ ਭਵਿੱਖ ਨੂੰ ਹੋਰ ਵਿਗਾੜਨ ਲੱਗੇ ਨੇ। ਇਸ ਦੇ ਬਾਰੇ ਉਦੋਂ ਪਤਾ ਲੱਗਿਆ ਜਦੋਂ ਬਾਲ ਸੁਧਾਰ ਘਰ 'ਚੋਂ ਬੱਚਿਆਂ ਕੋਲੋਂ ਮੋਬਾਈਲ ਫੋਨ ਫੜੇ ਗਏ। ਮੋਬਾਈਲ ਫੋਨ ਕਿਸੇ ਪਾਸੇ ਹਵਾ 'ਚ ਉੱਡ ਕੇ ਜਾਂ ਕੰਧ ਟੱਪ ਕੇ ਨਹੀਂ ਆਏ, ਸਗੋਂ ਜੇਲ੍ਹ 'ਚ ਤਾਇਨਾਤ ਮੁਲਾਜ਼ਮ ਜਸਵੰਤ ਸਿੰਘ ਵੱਲੋਂ ਮੁਹੱਈਆ ਕਰਵਾਏ ਗਏ ਸੀ। ਇਸ ਬਾਬਤ ਜਾਣਕਾਰੀ ਦਿੰਦੇ ਹੋਏ DSP ਸ਼ਮਸ਼ੇਰ ਸਿੰਘ ਹੋਰਾਂ ਨੇ ਉਸ ਮੁਲਾਜ਼ਮ ਅਤੇ ਬੱਚਿਆਂ ਬਾਰੇ ਜੋ ਦੱਸਿਆ ਉਹ ਸੁਣੋ। ਇਹ ਜੀ 8 ਜਣਿਆਂ ਦੇ ਵਿਰੁੱਧ ਜਿਹੜਾ ਕੇਸ ਰਜਿਸਟਰ ਕੀਤਾ, ਇਹ ਆਬਜ਼ਰਵੇਸ਼ਨ ਹੋਮ ਜਿਹੜੀ ਹੈਗੀ ਆ ਫਰੀਦਕੋਟ, ਉਹਦੇ 'ਚ ਜਿਹੜਾ ਹੈਗਾ ਮੋਬਾਈਲ ਬਰਾਮਦ ਹੋਇਆ ਗਿਆ, ਪਰ ਇਹਦੇ 'ਚ ਜਿਹੜਾ ਇੱਕ ਡਿਊਟੀ ਮੈਨ ਸੀਗਾ ਜਸਵੰਤ ਸਿੰਘ, ਉਹਦੀ ਜਿਹੜੀ ਆ ਇਨਵੋਲਵਮੈਂਟ ਵੀ ਜਿਹੜੀ ਪਾਈ ਗਈ ਹੈਗੀ। ਕਿੰਨੇ ਮੋਬਾਈਲ ਜਿਹੜੇ? 3 ਮੋਬਾਈਲ ਜੀ। ਸਰ, ਇਹ ਪਹਿਲੀ ਵਾਰੀ ਹੋਇਆ, ਕਿਉਂਕਿ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਅਸੀਂ ਤਾਂ ਮਾਡਲ ਜੇਲ੍ਹ ਵਿੱਚ ਅਕਸਰ ਹੀ ਮਾਮਲੇ ਸਾਹਮਣੇ ਆਉਂਦੇ, ਪਰ ਬੱਚਿਆਂ ਦੀ ਜੇਲ੍ਹ ਵਿੱਚ ਗਿਆ ਮਾਮਲਾ ਪਹਿਲੀ ਵਾਰੀ ਸਾਹਮਣੇ ਆਇਆ, ਤੁਸੀਂ ਅਣਗਹਿਲੀ ਮੰਨਦੇ? ਇਹ ਅਣਗਹਿਲੀ ਜਿਸ ਤਰ੍ਹਾਂ ਦੀ, ਜਿਹੜਾ ਬੰਦਾ ਡਿਊਟੀ 'ਤੇ ਖੁਦ ਹੀ ਆਉਂਦੀ ਇਨਵੋਲਵਮੈਂਟ ਹੋਣ ਕਰਕੇ ਜੀ ਉਹਦੀ ਅਣਗਹਿਲੀ ਨਾਲ ਹੋਇਆ, ਪਰ ਉਹਨਾਂ ਨੇ ਵਧੀਆ ਕੰਮ ਕੀਤਾ ਜੀ। ਆਪਣੀ ਜਿਹੜਾ ਕਰਮਚਾਰੀ ਆ ਉਹਦੇ ਵਿਰੁੱਧ ਕਾਰਵਾਈ ਕਰ ਰਹੇ ਜੀ। ਇਸ ਮੌਕੇ DSP ਨੇ ਆਪਣੇ ਢਿੱਲੇ ਅੰਦਾਜ਼ ਦੇ ਵਿੱਚ ਕਿਹਾ ਕਿ ਕਾਰਵਾਈ ਕੀਤੀ ਜਾਵੇਗੀ, ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਨੂੰ ਸੁਰੱਖਿਆ ਲਈ ਤਾਇਨਾਤ ਕੀਤਾ ਹੋਇਆ ਜਦੋਂ ਉਹੀ ਗਲਤ ਕੰਮ ਕਰਨ ਲੱਗ ਜਾਣ, ਫਿਰ ਸੁਰੱਖਿਆ ਦੀ ਉਮੀਦ ਕਿਵੇਂ ਕਿਸ ਤੋਂ ਕੀਤੀ ਜਾ ਸਕਦੀ ਹੈ। ਖੈਰ, ਇਹ ਘਟਨਾ ਨੇ ਸਾਫ਼ ਬਿਆਨ ਕਰ ਦਿੱਤਾ ਕਿ ਪੰਜਾਬ ਦੀਆਂ ਜੇਲ੍ਹਾਂ 'ਚੋਂ ਜੋ ਮੋਬਾਈਲ ਫੋਨ ਫੜੇ ਜਾਂਦੇ ਨੇ ਜਾਂ ਨਸ਼ਾ ਫੜਿਆ ਜਾਂਦਾ ਜਾਂ ਵੀਡੀਓ ਬਣਦੀ ਬਾਹਰ ਆਉਂਦੀ ਹੈ ਅਤੇ ਵੱਡੇ ਵੱਡੇ ਗੈਂਗਸਟਰਾਂ ਦੀ ਇੰਟਰਵਿਊ ਹੁੰਦੀ ਹੈ, ਉਸ ਦੇ ਪਿੱਛੇ ਜ਼ਰੂਰ ਅੰਦਰਲੇ ਮੁਲਾਜ਼ਮਾਂ ਅਤੇ ਅਫਸਰਾਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ, ਪਰ ਜ਼ਿਆਦਾਤਰ ਮਾਮਲੇ ਦਬਾ ਲਏ ਜਾਂਦੇ ਨੇ। ਖੈਰ, ਜਿਵੇਂ ਇਸ ਘਟਨਾ ਵਾਲੇ ਮੁਲਾਜ਼ਮ ਦੀ ਅਧਿਕਾਰੀਆਂ ਨੇ ਸ਼ਕਲ ਤੱਕ ਨਹੀਂ ਮੀਡੀਆ ਨੂੰ ਦਿਖਾਈ, ਕੋਈ FIR ਦੀ ਕਾਪੀ ਵੀ ਸਾਹਮਣੇ ਨਹੀਂ ਆਈ, ਸੋ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਆਖਰ ਉਸ ਮੁਲਾਜ਼ਮ ਦੇ ਖਿਲਾਫ਼ ਕਿਹੋ ਜਿਹੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਜਾਵੇਗੀ। ਹਕੀਕੀ TV ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੁਮਾਣਾ ਦੀ ਰਿਪੋਰਟ।